ਲੁਧਿਆਣਾ ਦੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿੱਚ ਚੜ੍ਹਾਏ ਜਾਣ ਵਾਲੇ ਰੁਮਾਲਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਸੁੱਟਣ ਅਤੇ ਵੇਚਣ ਸੰਬੰਧੀ ਵਾਇਰਲ ਹੋਈ ਵੀਡੀਓ ਦਾ ਮਾਮਲਾ ਤੂਲ ਪਕੜਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੇ ਪੱਖ ਦਾ ਦੋਸ਼ ਹੈ ਕਿ ਅਜਿਹਾ ਕਰਕੇ ਰੁਮਾਲਾ ਸਾਹਿਬਾਂ ਦੀ ਬੇਅਦਬੀ ਕੀਤੀ ਗਈ ਹੈ ਅਤੇ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਪਹੁੰਚੇ ਲੋਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀ ਇੱਥੋਂ ਲੰਘ ਰਹੇ ਸਨ ਜਦੋਂ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਰੁਮਾਲਾ ਸਾਹਿਬ ਨੀਚੇ ਸੁੱਟੇ ਜਾ ਰਹੇ ਸਨ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਪਹੁੰਚੇ ਲੋਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀ ਜਦੋਂ ਇੱਥੋਂ ਲੰਘ ਰਹੇ ਸਨ ਤਾਂ ਉਹਨਾਂ ਵੇਖਿਆ ਕਿ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਰੁਮਾਲਾ ਸਾਹਿਬ ਹੇਠਾਂ ਸੁੱਟ ਕੇ ਬੇਅਦਬੀ ਕੀਤੀ ਜਾ ਰਹੀ ਸੀ। ਉਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਰੁਮਾਲਾ ਸਾਹਿਬਾਂ ਨੂੰ ਤਕਰੀਬਨ 85,000 ਰੁਪਏ ਵਿੱਚ ਵੇਚਿਆ ਗਿਆ, ਜਿਸ ਦੀ ਰਸੀਦ ਉਹਨਾਂ ਦੇ ਕੋਲ ਹੈ। ਰੁਮਾਲਾ ਸਾਹਿਬ ਲੈ ਕੇ ਜਾ ਰਹੇ ਨੌਜਵਾਨ ਦਾ ਕਹਿਣਾ ਸੀ ਕਿ ਉਹ ਮਲੇਰਕੋਟਲੇ ਲੈ ਕੇ ਜਾ ਰਿਹਾ ਅਤੇ ਉੱਥੇ ਦੁਬਾਰਾ ਡਰਾਈ ਕਲੀਨ ਕਰਕੇ ਇਹਨਾਂ ਨੂੰ ਮਾਰਕੀਟ ਵਿੱਚ ਰੀਸੇਲ ਕੀਤਾ ਜਾਂਦਾ ਹੈ। ਮਾਮਲੇ ਵਿੱਚ ਸਿੱਖ ਸੰਗਤ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਸੰਗਤ ਜੀ, ਬਹੁਤ ਸ਼ਰਧਾ ਨਾਲ ਰੁਮਾਲੇ ਚੜਾਏ ਜਾਂਦੇ ਆ ਜੀ। ਹੁਣ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਰੁਮਾਲੇ ਕਿਸ ਤਰ੍ਹਾਂ ਅੱਗੇ ਸਪਲਾਈ ਕੀਤੇ ਜਾਂਦੇ ਆ ਜੀ, ਕਿਸ ਤਰ੍ਹਾਂ ਸੁੱਟੇ ਜਾਂਦੇ ਆ। ਆਹ ਸਾਰੇ ਧਿਆਨ ਨਾਲ ਦੇਖੋ ਜੀ। ਸੰਗਤ ਜੀ, ਹੁਣ ਕੈਰੀ ਸਾਹਿਬ ਸੰਗਤ ਜੀ, ਇਹ ਭਾਈ ਸਾਹਿਬ ਨੇ ਇਹਨਾਂ ਨੇ ਲਏ ਨੇ 85,000 ਦੇ ਵਿੱਚ। ਆਹ ਭਾਈ ਸਾਹਿਬ ਕਹਿੰਦੇ ਨੇ ਅਸੀਂ ਉੱਕਾ ਲੈ ਲੈਣੇ ਜੋ ਵੀ ਪੈਸੇ ਉਹਨਾਂ ਨੂੰ। ਇਹ ਰੁਮਾਲਾ ਸਾਹਿਬ, ਆਹ ਦੇਖੋ ਸੰਗਤ ਜੀ, ਆਹ ਗੁਰਦੁਆਰਾ ਸਾਹਿਬ ਦੀ ਸਭ ਤੋਂ ਉੱਪਰਲੀ ਜਗ੍ਹਾ ਹੈ। ਇਹ ਗੁਰਦੁਆਰਾ ਸਾਹਿਬ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ, ਜਿਹੜਾ ਮੋਲ ਟਾਊਨ ਐਕਸਟੈਂਸ਼ਨ ਚੌਂਕ ਤੇ, ਜਿੱਥੇ ਸਾਡੀ ਅੰਨੀ ਸ਼ਰਧਾ ਹੈ ਤੇ ਤੁਸੀਂ ਅੰਨੀ ਸ਼ਰਧਾ ਨਾਲ ਚੜਾਵੇ ਚੜਾਈ ਜਾਂਦੇ ਹੋ। ਬਿਲਕੁਲ ਕਹਿਣ ਦਾ ਮਤਲਬ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਨਾ ਕਰੀਏ, ਪਰ ਸਾਡੀ ਜਿਹੜੀ ਮਾਇਆ ਚੜਾਈ ਜਾਂਦੀ ਹੈ ਔਰ ਅਸੀਂ ਰੁਮਾਲੇ ਦੇ ਰੁਮਾਲੇ ਚੜਾਈ ਜਾਂਦੇ ਹਾਂ, ਉਹ ਕਿੱਥੇ ਕਿ ਕਿਸ ਤਰ੍ਹਾਂ ਲੱਗਦੇ ਆ। ਆਹ ਛੱਤ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਦੀ, ਇੱਥੋਂ ਸੁੱਟੇ ਜਾ ਰਹੇ ਸਨ ਰੁਮਾਲੇ। ਥੱਲੇ ਸੜਕ ਦੇ ਉੱਤੇ ਇੱਥੇ ਗੱਡੀ ਖੜੀ ਸੀ, ਗੱਡੀ ਦਿਖਾਈ ਜਾਂਦੀ ਹੈ ਜੀ, ਆਹ ਗੱਡੀ ਹੁਣ ਅੱਗੇ ਲਗਾ ਦਿੱਤੀ ਗਈ ਹੈ। ਇਹਦੇ ਵਿੱਚ ਰੁਮਾਲੇ ਸੁੱਟੇ ਗਏ ਆ, ਸਿੱਧਾ ਉੱਤੋਂ ਛੱਤ ਤੋਂ ਇੱਥੋਂ ਥੱਲੇ ਸੁੱਟੇ ਗਏ ਆ। ਆਹ ਰੁਮਾਲਿਆਂ ਦੀ ਜਗ੍ਹਾ ਹੈ, ਇਹ ਕਈ ਵਾਰੀ ਗੱਡੀ ਦੇ ਵਿੱਚ ਡਿੱਗੇ, ਕਈ ਵਾਰੀ ਗੱਡੀ ਤੋਂ ਬਾਹਰ ਡਿੱਗੇ। ਮਤਲਬ ਇਹ ਤੁਹਾਡੇ ਚੜਾਏ ਹੋਏ ਰੁਮਾਲਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੁਆਉਣ ਵਾਸਤੇ ਜਿਹੜੇ ਤੁਸੀਂ ਅਰਦਾਸ ਕਰਕੇ ਰੁਮਾਲੇ ਚੜਾਉਂਦੇ ਹੋ, ਉਹਨਾਂ ਦੀ ਲਾਸਟ ਗੱਤ ਇਹ ਹੁੰਦੀ ਹੈ। ਇਹ ਹੁਣ ਇਕੱਠੇ ਵੇਚ ਦਿੱਤੇ ਜਾਂਦੇ ਆ ਔਰ ਵੇਚ ਦੇਣ ਤੋਂ ਬਾਅਦ ਜਿਹੜੇ ਆ ਦੁਬਾਰਾ ਉਸੇ ਤਰ੍ਹਾਂ ਚੜਾਤੇ ਜਾਂਦੇ ਆ। ਸੰਗਤ ਜੀ, ਸਾਡੇ ਵਾਸਤੇ ਸਮਝਣ ਦੀ ਗੱਲ ਇਹ ਹੈ ਵੀ ਅਸੀਂ ਰੁਮਾਲੇ ਚੜਾ ਚੜਾ ਕੇ ਕਿਸ ਦੀ ਸੇਵਾ ਕਰ ਰਹੇ ਹਾਂ, ਸਾਡੇ ਗੁਰੂ ਸਾਹਿਬ ਦੀ ਖੁਸ਼ੀਆਂ ਲੈ ਰਹੇ ਹਾਂ, ਜਾਂ ਸਾਨੂੰ ਕਿ ਇਹ ਰੁਮਾਲੇ ਚੜਾਉਣ ਦੀ ਥਾਂ ਤੇ ਗਰੀਬਾਂ ਦੀ, ਲੋੜਵੰਦਾਂ ਦੀ ਸੇਵਾ ਕਰਕੇ, ਗਰੀਬ ਕਮੂ ਗੁਰੂ ਕੀ ਗੋਲਕ ਸਮਝ ਕੇ, ਕਿਸੇ ਨੂੰ ਖੁਸ਼ੀਆਂ ਦੇ ਕੇ, ਕਿਸੇ ਦੇ ਦਿਲ ਨੂੰ ਸਕੂਨ ਦੇ ਕੇ ਸਾਨੂੰ ਜ਼ਿਆਦਾ ਜਿਹੜੀ ਹੈ ਗੁਰੂ ਸਾਹਿਬ ਦੀ ਖੁਸ਼ੀਆਂ ਮਿਲ ਸਕਦੀਆਂ ਨੇ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਮਿਲ ਸਕਦੀਆਂ ਨੇ। ਇਹ ਸਮਝਣ ਵਾਲੀ ਗੱਲ ਹੈ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਇਸ ਤੋਂ ਸਰ, ਕੱਲ 1:30 ਦਾ ਟਾਈਮ ਸੀ ਸਰ, ਕੱਲ ਅਸੀਂ ਇੱਥੋਂ ਪਾਸ ਕਰ ਰਹੇ ਸੀ, ਅਸੀਂ ਵੇਖਿਆ ਇੱਕ ਟਰੱਕ ਖੜਾ ਜਿੱਥੇ ਇਹ ਗੁਰਦੁਆਰੇ ਦੀ ਬਿਲਡਿੰਗ, ਤੁਸੀਂ ਫੋਟੋ ਬਾਅਦ ਚੋਂ ਲੈ ਲਿਓ, ਫੋਟੋ ਲੈ ਲਿਓ। 4th ਮੰਜ਼ਿਲ ਤੋਂ ਇੱਕ ਟਰੱਕ ਦੇ ਉੱਪਰ ਰੁਮਾਲੇ ਸੁੱਟੇ ਜਾ ਰਹੇ ਸਨ, ਪੰਡਾਂ ਬਣ ਕੇ, ਕੋਈ ਥੱਲੇ ਡਿੱਗ ਰਹੀ ਸੀ, ਕੋਈ ਟਰੱਕ ਦੇ ਉੱਪਰ ਡਿੱਗ ਰਿਹਾ ਸੀ, ਠੀਕ ਹੈ ਜੀ। ਅਸੀਂ ਉਹਨਾਂ ਨੂੰ ਪੁੱਛਿਆ ਕਿ ਬਈ ਕੀ ਗੱਲ ਹੋ ਰਹੀ ਹੈ ਜੀ, ਕਹਿੰਦੇ ਅਸੀਂ ਕਿ ਜੀ ਰੁਮਾਲੇ ਗੁਰਦੁਆਰੇ ਤੋਂ ਖਰੀਦੇ ਨੇ। ਅਸੀਂ ਕਿ ਰੁਮਾਲੇ ਕਿਵੇਂ ਖਰੀਦੇ ਨੇ, ਕਹਿੰਦੇ ਅਸੀਂ ਪੈਸੇ ਦਿੱਤੇ 85,000 ਰੁਪਏ ਦਿੱਤਾ ਜੀ। ਕੋਈ ਰੁਮਾਲਾ ਕਿੱਥੇ ਡਿੱਗ ਰਿਹਾ, ਕੋਈ ਰੁਮਾਲਾ ਕਿੱਥੇ ਡਿੱਗ ਰਿਹਾ, ਬੇਦਬੀ ਹੋ ਰਹੀ, ਗੰਦਾ ਟਰੱਕ, ਗੰਦਾ ਸਾਰਾ ਕੁਛ। ਸੰਗਤ ਰੁਮਾਲੇ ਨਾਲ ਚੜਾਉਂਦੀ, ਮੈਂ ਕਿਹਾ ਪਰਚੀ ਵਿਖਾ ਦਿਓ ਰੁਮਾਲੇ ਜਿਹੜੇ ਤੁਸੀਂ ਖਰੀਦੇ ਆ ਜੀ। ਕੋਈ ਪਰਚੀ ਨਹੀਂ ਸੀ, ਮੌਕੇ ਦੇ ਇਹਨਾਂ ਨੇ ਪਰਚੀ ਬਣਾਈ, ਜਿਹੜੀ ਕਿ ਪਰਚੀ ਮੇਰੇ ਕੋਲ ਹੈ, ਮੈਂ ਉਹਨਾਂ ਕੋਲ ਫੜੀ ਪਰਚੀ। ਪਰਚੀ 'ਚ ਸਾਫ਼ ਲਿਖਿਆ ਕਿ ਵੀ 85,000 ਰੁਪਏ ਦੇ ਅਸੀਂ ਰੁਮਾਲੇ ਵੇਚੇ, ਅੰਦਰ ਜਿਹੜੇ ਰੁਮਾਲੇ ਇਹਨਾਂ ਦੀ, ਉਹਨਾਂ ਦੀ ਵੀਡੀਓ ਵੀ ਲੈ ਲਿਓ, ਸੋਹਣੇ ਸੋਹਣੇ ਵਧੀਆ ਰੁਮਾਲੇ, 10-10,000 ਦਾ, 20,000 ਦਾ ਰੁਮਾਲਾ, ਜਿਹੜਾ ਕਿ ਇਹਨਾਂ ਨੇ 85,000 ਰੁਪਏ ਜਿਹਨਾਂ ਨੇ ਉਹਨੂੰ ਦੇ ਦਿੱਤਾ ਜੀ, ਮਲੇਰਕੋਟਲੇ ਦੇ ਕੋਈ ਬੰਦੇ ਸਨ, ਉਹਨਾਂ ਨੂੰ ਵੇਚਤਾ। ਇਹ ਹੁਣ ਸਾਨੂੰ ਨਹੀਂ ਪਤਾ ਕੀ ਕਰਨ ਰਾਜ ਜਾ ਰਹੇ ਸੀ, ਉਹ ਕਹਿੰਦੇ ਕਿ ਅਸੀਂ ਇਹਨੂੰ ਡਰਾਈ ਕਲੀਨ ਕਰਾਵਾਂਗੇ, ਧੋਵਾਂਗੇ, ਦੁਬਾਰਾ ਰੀਸੇਲ ਕਰਾਂਗੇ। ਅਸੀਂ ਮੰਗ ਇਹ ਕਰਦੇ ਹਾਂ ਕਿ ਗੁਰਦੁਆਰੇ ਦੀ ਸਾਰੀ ਮੈਨੇਜਮੈਂਟ ਚੇਂਜ ਹੋਣੀ ਚਾਹੀਦੀ, ਕਿਉਂਕਿ ਇਹਦੇ 'ਚ ਮੈਨੇਜਮੈਂਟ ਦਾ ਦੋਸ਼ ਹੈ, ਕਿਉਂਕਿ ਜਿਹੜੀਆਂ ਸਿੱਖਾਂ ਦੀਆਂ ਗੁਰਦੁਆਰਿਆਂ 'ਚ ਜਿਹੜੀਆਂ ਬੇਦਬੀਆਂ ਹੋਈਆਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹ ਤਦ ਕਰਕੇ ਹੋਈ ਹੈ ਕਿਉਂਕਿ ਮੈਨੇਜਮੈਂਟ ਕਮੇਟੀ ਗੋਲਕ ਦਾ ਤਾਂ ਧਿਆਨ ਦਿੰਦੀ ਹੈ। ਅਸੀਂ SGPC ਨੂੰ ਅਪਰੋਚ ਕਰਾਂਗੇ, ਸਾਡੇ ਡੰਗ ਸਾਹਿਬ ਨੂੰ ਅਸੀਂ ਬੁਲਾ ਰਹੇ ਹਾਂ, ਇਹਨਾਂ ਦੇ ਕੋਈ ਹੈਗੇ ਨੇ ਹੋਰ, ਬੈਂਸ ਸਾਹਿਬ ਆ ਰਹੇ ਨੇ ਸਾਰੇ, ਆਪਾਂ ਜਿਹੜੇ ਵੀ ਸਿੱਖ ਧਰਮ ਨਾਲ ਸੁਣ ਲਓ, ਇਹਨਾਂ ਦਾ ਸੇਵਾਦਾਰ ਦੀ ਵੀਡੀਓ ਹੈਗੀ ਸਾਡੇ ਕੋਲ। ਇਹਨਾਂ ਦਾ ਸੇਵਾਦਾਰ ਕਹਿੰਦਾ ਕਿ ਦਰਬਾਰ ਸਾਹਿਬ ਇਹੀ ਕੰਮ ਹੁੰਦਾ ਜੀ। ਅਸੀਂ ਉਹਨੂੰ ਪੁੱਛਿਆ ਦਰਬਾਰ ਸਾਹਿਬ ਇਹ ਕੰਮ ਹੁੰਦਾ ਤੇ ਤੂੰ ਇੱਥੇ ਕਰੇਗਾ ਇਹ ਕੰਮ, ਕਹਿੰਦਾ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਜੀ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਭਾਜੀ ਕਿ ਵੀ
ਜਿਹੜੀਆਂ ਸਿੱਖਾਂ ਦੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋਈਆਂ ਕਿਉਂ ਹੋਈਆਂ? ਕਿਉਂਕਿ ਜਿਹੜੇ ਇਹ ਬੰਦੇ ਨੇ ਪ੍ਰਧਾਨ ਤੇ ਬਣ ਜਾਂਦੇ ਨੇ ਗੁਰਦੁਆਰਿਆਂ ਦੇ ਗੋਲਕ ਵਾਸਤੇ, ਗੋਲਕ ਨੂੰ ਵੇਖਦੇ ਨੇ ਗੋਲਕ ਕਿੰਨੀ ਵੱਡੀ ਆ, ਪਰ ਇਹ ਨਹੀਂ ਵੇਖਦੇ ਕਿ ਉੱਥੇ ਮਰਿਆਦਾ ਕੀ ਚੱਲ ਰਹੀ, ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਆ, ਗੁਰਦੁਆਰਾ ਆਪਣਾ ਮਰਿਆਦਾ ਨਾਲ ਕੰਮ ਚੱਲ ਰਿਹਾ ਕੁਝ, ਉਹਨੂੰ ਤਾਂ ਵੇਖਦੇ ਨਹੀਂ ਹੈਗੇ, ਸਿਰਫ ਪ੍ਰਧਾਨ ਬਣਨਾ ਜੀ ਪ੍ਰਧਾਨ ਬਣਨਾ। ਕੱਲ ਰੁਮਾਲਾ ਸਾਹਿਬ ਵੇਚਣ ਤੇ ਇਸ਼ੂ ਹੋਇਆ ਸੀ ਜਿਹੜਾ ਸਾਡੇ ਨੋਟਿਸ 'ਚ ਆਇਆ ਵਾ। ਅਸੀਂ ਆਪਣੇ ਬਾਕੀ ਮੈਂਬਰ ਸਾਹਿਬਾਨ ਨੂੰ ਕੀਤਾ ਫੋਨ, ਰਜੇਵੇਂ 'ਚ ਹੋਣ ਕਾਰਨ ਹਾਲੀ ਉਹ ਪਹੁੰਚ ਨਹੀਂ ਸਕੇ, ਔਰ ਇਹਨਾਂ ਨੂੰ ਕਿਹਾ ਵੀ ਸ਼ਾਮੀ 6 ਵਜੇ ਤੁਸੀਂ ਆ ਜਾਓ, ਬਾਕੀ ਸਾਰਿਆਂ ਨਾਲ ਗੱਲਬਾਤ ਕਰਕੇ 6 ਵਜੇ ਤੱਕ ਇਸ ਮਸਲੇ ਦਾ ਹੱਲ ਕੱਢ ਦਾਂਗੇ। ਹੋਰ ਦੱਸੋ ਤੁਸੀਂ ਜਿਹੜੀ ਵੀਡੀਓ ਵਾਇਰਲ ਹੋਈ, ਕਿੰਨੀ ਕੁਛ ਚਾਹੀਏ ਆਪਣਾ, ਉਹ ਕਹਿ ਰਹੇ ਜਿਹੜੀ ਬੇਦ ਵੀ ਹੋ ਰਹੀ ਰੁਮਾਲਾ ਸਾਹਿਬ ਦੀ, ਕੀ ਕਹਿਣਾ ਚਾਹੋਗੇ? ਵਿੱਚ ਵੀ ਕਹਿਣਾ ਕਹਿੰਦੇ ਸੀਤ ਵਗੈਰਾ ਜੀ, ਰੁਮਾਲਾ ਸਾਹਿਬ ਬਾਰੇ ਹਾਲੀ ਮੈਂ ਕੁਛ ਨਹੀਂ ਕਹਿ ਸਕਦਾ, ਕਿ ਸਾਰਾ ਕੁਝ ਕਮੇਟੀ ਦੀ ਮੀਟਿੰਗ ਹੋਣ ਤੋਂ ਬਾਅਦ ਤੁਹਾਡੇ ਅੱਗੇ ਆ ਜਾਏਗਾ, ਜੋ ਸੱਚ ਹੈ ਸਾਹਮਣੇ ਆਏਗਾ। ਹਾਈ ਸਕੇਲ ਤੇ ਵੇਚਣਾ, ਇਹਦੀ ਕੋਈ ਅਥਾਰਟੀ ਜਾਂ ਪਰਮਿਸ਼ਨ ਐਲਜੀਪੀਸੀ ਦਾ ਕੋਈ ਨੋਟਿਸ ਅਜੀ? ਇਹੀ ਮੇਰੀ ਇਕੱਲੀ ਕੋਈ ਨੋਟਿਸ ਨਹੀਂ ਹੈਗੀ ਅਤੇ ਉਹਨਾਂ ਨੇ ਮੁਹੱਲੇ ਵਾਲੇ ਨੇ ਵੀ ਦੱਸਿਆ ਕਿ ਉਹਨੇ ਸੁੱਟੇ ਆ, ਜੇ ਕਿਸੇ ਨੇ ਸੁੱਟੇ ਆ ਤਾਂ ਉਹ ਗਲਤ ਆ, ਉਹਦੇ ਖਿਲਾਫ਼ ਐਕਸ਼ਨ ਲਿਆ ਜਾਏਗਾ। ਜੇ ਕੋਈ ਸਿੱਖ ਸਿੱਟਦਾ ਤਾਂ ਵੀ ਲਿਆ ਜਾਏਗਾ, ਉਹਦੇ 'ਤੇ ਵੀ ਲਿਆ ਜਾਏਗਾ, ਜਿਹੜਾ ਮਰਜ਼ੀ ਸੁੱਟੇ। ਦੇਖੋ ਬੇਅਦਬੀ ਤਾਂ ਬੇਅਦਬੀ ਹੈ, ਜੇ ਕੋਈ ਕਰੇਗਾ। ਫਿਰ ਕਿਹਾ ਜਾ ਰਿਹਾ ਕਿ ਅਸੀਂ ਸਾਰੀ ਕਮੇਟੀ ਮੈਂਬਰ ਬਹਿ ਕੇ ਡਿਸੀਜ਼ਨ ਲਵਾਂਗੇ, ਇਹਦੇ 'ਤੇ ਜਿਹੜਾ ਵੀ ਕਸੂਰਵਾਰ ਹੋਇਆ ਉਹਦੇ 'ਤੇ ਬਣਦਾ ਐਕਸ਼ਨ ਲਵਾਂਗੇ। ਕਸੂਰਵਾਰ ਤਾਂ ਤੁਸੀਂ ਇੱਕ ਜਨਰਲ ਸੈਕਟਰੀ ਹੋ, ਤੁਹਾਡੇ ਉੱਤੇ ਵੀ ਆਉਂਦਾ ਕਿ ਇੱਕ ਬੰਦਾ ਜੇ ਕੋਈ ਸਿੱਟਦਾ? ਮੈਂ 30-35 ਦਿਨ ਤੋਂ ਬਿਮਾਰ ਸੀ, ਆ ਨਹੀਂ ਰਿਹਾ ਸੀ, ਮੈਂ ਕੱਲ੍ਹ ਹੀ ਆਉਣਾ ਸ਼ੁਰੂ ਹੋਇਆ ਵਾਂ, ਔਰ ਕੱਲ੍ਹ ਛੁੱਟੀ ਹੋਣ ਕਰਕੇ ਮੇਰੇ ਨੋਟਿਸ 'ਚ ਆਈ ਇਹ ਗੱਲ ਸਾਰੀ ਰਾਤ, ਜਿਹੜੀ ਵੀਡੀਓ ਵੇਖੀ ਆ। 3 ਦਿਨ ਛੁੱਟੀਆਂ ਹੋਣ ਕਰਕੇ ਸਾਰੇ ਮੈਂਬਰ ਅੱਜ ਸਵੇਰੇ ਕੋਈ ਆਪਣੇ ਰਜੇਵੇਂ 'ਚ ਹੋਊ, ਕੋਈ ਬੈਂਕਾਂ ਦੇ ਕੰਮਾਂ 'ਚ ਹੁੰਦਾ, ਸ਼ਾਮ ਤੱਕ ਸਾਰੇ ਆ ਜਾਣਗੇ। ਸਾਰਿਆਂ ਨਾਲ ਰਾਏ ਕਰਕੇ ਅਸੀਂ ਤੁਹਾਨੂੰ ਇਹਦਾ ਬਣਦਾ ਜਵਾਬ ਦੇਵਾਂਗੇ, ਤੁਹਾਨੂੰ ਵੀ ਇਤਲਾਹ ਦੇਵਾਂਗੇ, ਔਰ ਜੋ ਜਾਇਜ਼ ਹੋਇਆ ਲਵਾਂਗੇ ਐਕਸ਼ਨ। ਉਧਰ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੇ ਟਰੱਸਟੀਆਂ ਦਾ ਕਹਿਣਾ ਸੀ ਕਿ ਹਾਲਾਂਕਿ ਇਸ ਦੌਰਾਨ ਗਲਤੀ ਇਹ ਰਹੀ ਕਿ ਰੁਮਾਲਾ ਸਾਹਿਬ ਛੱਤ ਤੋਂ ਹੇਠਾਂ ਸੁੱਟੇ ਗਏ ਨੇ ਅਤੇ ਉਹਨਾਂ ਨੂੰ ਗੰਦੀ ਗੱਡੀ ਵਿੱਚ ਰੱਖਿਆ ਗਿਆ ਅਤੇ ਅਜਿਹਾ ਕਰਨ ਵਾਲੇ ਸੇਵਾਦਾਰ ਦਾ ਮਾਫ਼ੀਨਾਮਾ ਲਿਖ ਕੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।